ਜਿਸ ਤਰੀਕੇ ਦਾ ਬਿਆਨ ਦਿੱਤਾ ਉਹ ਕਿਤੇ ਅਣਜਾਣੇ ਦੇ ਵਿੱਚ ਤਾਂ ਦਿੱਤਾ ਨਹੀਂ ਕਿ ਜੂਨ ਦਾ ਮਹੀਨਾ ਸਿੱਖ ਕੌਮ ਲਈ ਕਹਿਰ ਬਣ ਕੇ ਕਾਂਗਰਸ ਨੇ ਪੇਸ਼ ਕੀਤਾ। ਉਹ ਦੱਸ ਰਹੀ ਹੈ ਕਿ ਗੁਰੂ ਸਾਹਿਬ ਦਾ ਪੰਜਾ ਦੱਸ ਕੇ ਅਤੇ ਉਹਦੀ ਤੁਲਨਾ ਕਰ ਰਹੀ ਹੈ। ਸੋ ਅੰਮ੍ਰਿਤਾ ਵੜਿੰਗ ਵਰਗੀ ਔਰਤ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਸੀਂ ਇਸ ਚੀਜ਼ ਦੀ ਬਹੁਤ ਨਿੰਦਿਆ ਕੀਤੀ। ਇਹ ਪਹਿਲਾਂ ਗਲਤੀ ਕਰਦੇ ਆ, ਫਿਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਫਿਰ ਦੁਬਾਰਾ ਖਿਲਵਾੜ ਕਰਦੇ ਆ ਕਿ ਇੱਕ ਛੋਟੀ ਜਿਹੀ ਵੀਡੀਓ ਪਾ ਕੇ ਫਿਰ ਮਾਫ਼ੀ ਮੰਗ ਲੈਂਦੇ। ਮਾਫ਼ੀ ਮੰਗੀ ਕਹਿੰਦੇ ਕੋਲੋਂ ਤੁਸੀਂ? ਪੰਜਾਬ ਦੀ ਰਾਜਨੀਤੀ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿੱਥੇ ਰਾਜਨੀਤਿਕ ਆਗੂ ਬਿਆਨ ਦਿੰਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਆਪਣੇ ਬਿਆਨ ਦੇ ਉੱਤੇ ਹੀ ਮਾਫ਼ੀ ਮੰਗਣੀ ਪੈਂਦੀ ਹੈ। ਤਾਜ਼ਾ ਉਦਾਹਰਨ ਲਾਲਜੀਤ ਭੁੱਲਰ ਹੈ ਤੇ ਲਾਲਜੀਤ ਭੁੱਲਰ ਤੋਂ ਬਾਅਦ ਹੁਣ ਅੰਮ੍ਰਿਤਾ ਵੜਿੰਗ, ਜਿਨ੍ਹਾਂ ਨੇ ਕਿ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਤੇ ਉੱਥੇ ਇੱਕ ਵਿਵਾਦਿਤ ਗੱਲਬਾਤ ਕਹਿ ਦਿੱਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਇਸ ਸਮੇਂ ਮੇਰੇ ਨਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਤੁਸੀਂ ਜਿਹੜਾ ਹੈਗਾ ਨਾਲ ਦੀ ਨਾਲ ਇੱਕਦਮ ਜਿਹੜਾ ਹੈਗਾ ਐਕਸ਼ਨ ਲਿਆ ਜਦੋਂ ਵਾਇਰਲ ਹੋਈ ਵੀਡੀਓ ਤੁਹਾਡੇ ਸਾਹਮਣੇ ਆਈ ਅੰਮ੍ਰਿਤਾ ਵੜਿੰਗ ਦੀ, ਕੀ ਕਹੋਗੇ? ਦੇਖੋ, ਅੰਮ੍ਰਿਤਾ ਵੜਿੰਗ ਇੱਕ ਬੜੀ ਜ਼ਿੰਮੇਵਾਰ ਆਗੂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਘਰਵਾਲੀ ਹੈ ਜੀ, ਅਤੇ ਸੋਸ਼ਲ ਮੀਡੀਆ 'ਤੇ ਵੀ ਬਹੁਤ ਚਰਚਿਤ ਰਹਿੰਦੀ ਹੈ ਜੀ। ਲੇਕਿਨ ਉਸਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਉਹ ਕਿਤੇ ਅਣਜਾਣੇ ਦੇ ਵਿੱਚ ਤਾਂ ਦਿੱਤਾ ਨਹੀਂ ਜੀ। ਉਸਨੂੰ ਪਤਾ ਹੈ ਮੈਂ ਬੋਲ ਕੀ ਰਹੀ ਹਾਂ ਜੀ, ਅਤੇ ਜੋ ਉਸਨੇ ਬੋਲਿਆ ਉਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਸਿੱਧਾ ਹੀ ਜਿਹੜਾ ਉਹਨਾਂ ਨੂੰ ਪਰੇਸ਼ਾਨ ਕਰਨ ਵਾਲਾ ਹੈ ਜੀ। ਕਿਉਂਕਿ ਅਸੀਂ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ ਸੀ ਉਸ ਦਿਨ ਵੀ ਇਤਰਾਜ਼ ਪ੍ਰਗਟ ਕੀਤਾ ਸੀ ਕਿ ਜੂਨ ਦਾ ਮਹੀਨਾ ਸਿੱਖ ਕੌਮ ਲਈ ਕਹਿਰ ਬਣ ਕੇ ਕਾਂਗਰਸ ਨੇ ਪੇਸ਼ ਕੀਤਾ ਜੀ। ਜਦੋਂ ਨਵੰਬਰ 1984 ਜਾਂ 6 ਜੂਨ 1984 ਨੂੰ ਸਿੱਖਾਂ ਦਾ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ 'ਤੇ ਕਾਂਗਰਸ ਨੇ ਭਾਰਤੀ ਫੌਜਾਂ ਤੋਂ ਹਮਲਾ ਕਰਾਇਆ, ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਸਿੱਖਾਂ ਦਾ ਭਿਆਨਕ ਕਤਲੇਆਮ ਹੋਇਆ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ। ਸੋ ਇਸ ਸਮੇਂ ਦੇ ਦਰਮਿਆਨ ਜਦੋਂ ਹੁਣ ਚੋਣਾਂ ਹੋ ਰਹੀਆਂ, ਉਹਨਾਂ ਚੋਣਾਂ ਦੇ ਵਿੱਚ ਉਹ ਆਪਣਾ ਹੱਥ ਦਾ ਜਿਹੜਾ ਪੰਜਾ ਹੈ ਉਸ ਨੂੰ ਉਹ ਦੱਸ ਰਹੀ ਹੈ ਕਿ ਗੁਰੂ ਸਾਹਿਬ ਦਾ ਪੰਜਾ ਦੱਸ ਕੇ ਅਤੇ ਉਹਦੀ ਤੁਲਨਾ ਕਰ ਰਹੀ ਹੈ, ਅਤੇ ਇਸ ਤੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਜੀ। ਤਾਂ ਉਸ ਨੇ ਜਿਹੜੀ ਇਹ ਹਰਕਤ ਕੀਤੀ ਉਸ ਦੀ ਅਸੀਂ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੂੰ ਕੀਤੀ। ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਵਿਦੇਸ਼ ਦੌਰੇ 'ਤੇ ਨੇ, ਅਮੈਰੀਕਾ ਗਏ ਹੋਏ ਨੇ। ਫਿਰ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਾਂ ਜਿਹੜੇ ਉੱਥੇ ਆਫਿਸ ਸੈਕਟਰੀ ਨੇ ਜਸਪਾਲ ਸਿੰਘ ਢੱਡੇ, ਉਹਨਾਂ ਨਾਲ ਗੱਲ ਕੀਤੀ। ਸੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਦੇ 'ਤੇ ਤੁਰੰਤ ਜਿਹੜੀ ਧਾਰਮਿਕ ਕਾਰਵਾਈ ਕਰਾਂਗੇ ਜੀ। ਕਿਉਂਕਿ ਐਡਾ ਵੱਡਾ ਮਸਲਾ ਹੈ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀ ਬਲੀ ਕੰਧਾਰੀ ਨੂੰ ਜਦੋਂ ਉਸ ਨੇ ਅਹੰਕਾਰ ਦੇ ਵਿੱਚ ਆ ਕੇ ਪਹਾੜ ਗੇਰਨ ਦੀ ਗੱਲ ਕੀਤੀ ਤਾਂ ਉਦੋਂ ਪੰਜਾ ਸਾਹਿਬ ਜਿਹੜਾ ਪਾਕਿਸਤਾਨ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਵੀ ਹੈ, ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਜਾਂਦੀਆਂ ਨੇ, ਤਾਂ ਅਸੀਂ ਰੋਜ਼ ਅਰਦਾਸ ਦੇ ਵਿੱਚ ਗੁਰੂ ਘਰ ਜਿਹੜੇ ਪੰਥ ਤੋਂ ਵਿਛੋੜੇ ਗਏ ਨੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੀ ਗੱਲ ਕਰਦੇ ਹਾਂ। ਸੋ ਅੰਮ੍ਰਿਤਾ ਵੜਿੰਗ ਵਰਗੀ ਔਰਤ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਸੋ ਉਸ ਦੇ ਵਿਰੁੱਧ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਹੜੇ ਸਾਡੇ ਪ੍ਰਧਾਨ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਜੀ, ਉਹਨਾਂ ਨੇ ਜਿਹੜੀ ਇੱਕ ਸ਼ਿਕਾਇਤ ਦਰਜ ਕਰਾਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਸੀਂ ਇਸ ਚੀਜ਼ ਦੀ ਬਹੁਤ ਨਿੰਦਿਆ ਕੀਤੀ ਜੀ। ਪੀਰ ਮਾਮਾ ਜੀ, ਹੁਣ ਉਹਨਾਂ ਦੀ ਇੱਕ ਨਵੀਂ ਜਿਹੜੀ ਹੈਗੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਜਿਹੜੀ ਹੈਗੀ ਸਾਂਝੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਜਿਹੜੀ ਹੈਗੀ ਮਾਫ਼ੀ ਮੰਗੀ ਆ ਅਤੇ ਕਿਹਾ ਹੈ ਕਿ ਮੇਰੇ ਤੋਂ ਅਣਜਾਣੇ ਦੇ ਵਿੱਚ ਇਹ ਜਿਹੜੀ ਚੀਜ਼ ਭੁੱਗੀ ਆ, ਕੀ ਕਾਫ਼ੀ ਹੈ ਇਹ? ਹੁਣ ਹਰਦੀਪ ਦੇਖੋ, ਇਹ ਕੀ ਕਰਦੇ ਨੇ ਕਿ ਇਹ ਪਹਿਲਾਂ ਗਲਤੀ ਕਰਦੇ ਆ, ਫਿਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਫਿਰ ਦੁਬਾਰਾ ਖਿਲਵਾੜ ਕਰਦੇ ਆ ਕਿ ਇੱਕ ਛੋਟੀ ਜਿਹੀ ਵੀਡੀਓ ਪਾ ਕੇ ਫਿਰ ਮਾਫ਼ੀ ਮੰਗ ਲੈਂਦੇ। ਮਾਫ਼ੀ ਮੰਗੀ ਕਹਿੰਦੇ ਕੋਲੋਂ? ਤੁਸੀਂ ਤੁਸੀਂ ਆਪੇ ਹੀ ਗਲਤੀ ਕੀਤੀ, ਆਪੇ ਹੀ ਤੁਸੀਂ ਜੱਜ ਬਣ ਗਏ, ਆਪੇ ਤੁਸੀਂ ਮੁਜਰਮ ਹੋ, ਅਤੇ ਤੁਸੀਂ ਮਾਫ਼ੀ ਜੇ ਮੰਗਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ, ਅਸੀਂ ਤੁਹਾਡੀ ਸ਼ਿਕਾਇਤ ਕੀਤੀ ਹੈ, ਉੱਥੇ ਜਾ ਕੇ ਜਥੇਦਾਰ ਸਾਹਿਬ ਜਦੋਂ ਤੁਹਾਨੂੰ ਬੁਲਾਉਣਗੇ, ਅਸੀਂ ਕਿਹਾ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ, ਕਿਉਂਕਿ ਇੱਕ ਸਿੱਖ ਘਰਾਣੇ ਦੇ ਵਿੱਚ ਵੱਡੀ ਹੋਈ, ਪੈਦਾ ਹੋਈ ਹੈ ਬੀਬੀ ਅਮ੍ਰਿਤਾ ਵੜਿੰਗ। ਹਾਲਾਂਕਿ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਕਿ ਉਹਨਾਂ ਦੇ ਕਈ ਕੰਮ ਜਿਹੜੇ ਬਹੁਤ ਚੰਗੇ ਨੇ, ਸੋਸ਼ਲ ਕੰਮ ਉਹ ਚੰਗੇ ਵੀ ਕਰਦੇ ਨੇ, ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਹਾਂ ਪਾਰਟੀ ਤੋਂ ਉੱਪਰ ਉੱਠ ਕੇ ਵੀ। ਲੇਕਿਨ ਜਿਸ ਪਾਰਟੀ ਦਾ ਆਧਾਰ ਜਿਹੜਾ ਪੰਜਾਬ ਦੇ ਵਿੱਚ ਇਸ ਪੱਧਰ ਦਾ ਹੋਵੇ ਕਿ ਉਸ ਦੇ ਉੱਪਰ ਸਿੱਧਾ ਇਲਜ਼ਾਮ ਲੱਗਦਾ ਹੋਵੇ ਕਿ ਇਹ ਉਹ ਕਾਤਲ ਕਾਂਗਰਸ ਪਾਰਟੀ ਹੈ ਜਿਸ ਨੇ ਸਿੱਖਾਂ ਦੇ ਗੁਰਧਾਮਾਂ 'ਤੇ ਹਮਲੇ ਕੀਤੇ, ਜਿਸ ਨੇ ਜੋ ਸਿੱਖਾਂ ਦਾ ਕਤਲੇਆਮ ਕਰਾਇਆ, ਅਤੇ ਉਸ ਪਾਰਟੀ ਦੇ ਜਿਹੜੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਇਹ ਘਰਵਾਲੀ ਨੇ। ਸੋ ਇਹਨਾਂ ਵੱਲੋਂ ਚੋਣ ਮੁਹਿੰਮ ਦੇ ਵਿੱਚ, ਕਿਉਂਕਿ ਆਪ ਤਾਂ ਉਮੀਦਵਾਰ ਨਹੀਂ ਗਏ, ਇਹ ਉਹਨਾਂ ਲਈ ਚੋਣ ਪ੍ਰਚਾਰ ਕਰ ਰਹੇ ਆ, ਅਤੇ ਚੋਣ ਪ੍ਰਚਾਰ ਕਰਦਿਆਂ ਹੋਇਆਂ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਬਿਆਨ ਦੇਣਾ, ਅਤੇ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਸੀ ਜਿਸ ਦਾ ਅਸੀਂ ਨੋਟਿਸ ਲਿਆ ਜੀ। ਪੀਰ ਮਾਮਾ ਜੀ, ਕੀ ਲੱਗਦਾ ਕਿ ਜਿਹੜਾ ਹੈਗਾ ਸਾਹਮਣੇ ਆਈ ਆ ਜਦੋਂ ਜਨ ਸਭਾ ਨੂੰ ਜਿਹੜਾ ਸੰਬੋਧਨ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਬਿਆਨ ਉਹਨਾਂ ਦਾ ਆਪਣਾ ਹੀ ਇੱਕ ਤਰੀਕੇ ਨਾਲ ਆਪ ਕਿਤੇ ਰੋਹ ਦੇ ਵਿੱਚ ਅਣਜਾਣੇ ਦੇ ਵਿੱਚ ਕਹਿ ਗਏ ਜਾਂ ਵਾਕਈ ਕਿਸੇ ਦੇ ਵੱਲੋਂ ਦਵਾਇਆ ਗਿਆ? ਕਿ ਕਿਉਂਕਿ ਇਲੈਕਸ਼ਨ ਆ, ਲੋਕ ਸਭਾ ਚੋਣਾਂ 2024 ਨੇ, ਇਲੈਕਸ਼ਨ ਚੱਲ ਰਹੀ ਆ, ਵੋਟਾਂ ਨੂੰ ਵਟੋਰਨਾ ਹੈ, ਅਤੇ ਉਹਦੇ ਚੱਲਦੇ ਹੋਏ ਕਿਸੇ ਦੇ ਵੱਲੋਂ ਦਵਾਇਆ ਗਿਆ ਵੀ ਇਹ ਬਿਆਨ ਹੋ ਸਕਦਾ? ਦੇਖੋ, ਇਹ ਦੋਵੇਂ ਜੀ ਬਹੁਤ ਤੜਫ ਰਹੇ ਨੇ। ਜਿੱਥੋਂ ਇਹ ਇਲੈਕਸ਼ਨ ਲੜਨਾ ਚਾਹੁੰਦੇ ਸੀ ਉੱਥੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ, ਪਹਿਲਾਂ ਬਠਿੰਡੇ ਦੀ ਤਿਆਰੀ ਕਰੀ ਬੈਠੇ ਸੀ, ਬਠਿੰਡੇ ਤੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ, ਫਿਰ ਇਹ ਫਿਰੋਜ਼ਪੁਰ ਆ ਗਏ ਅਤੇ ਫਿਰੋਜ਼ਪੁਰ ਤੋਂ ਨਹੀਂ ਟਿਕਟ ਮਿਲੀ, ਫਿਰ ਹੁਣ ਲੁਧਿਆਣੇ ਤੋਂ ਇਹਨਾਂ ਨੂੰ ਟਿਕਟ ਦਿੱਤੀ ਗਈ। ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਤਾਂ ਸਾਹਮਣੇ ਆਪਣੇ ਨਜ਼ਰ ਆ ਹੀ ਰਹੀਆਂ ਨੇ। ਸੋ ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਹਾਈ ਕਮਾਂਡ ਤੱਕ, ਜਿਹੜੀ ਇਹਨਾਂ ਦੀ ਹਾਈ ਕਮਾਂਡ ਸੋ ਕਾਲਡ, ਉਹਨਾਂ ਤੱਕ ਇੱਕ ਮੈਸੇਜ ਦੇਣਾ ਚਾਹੁੰਦੇ ਕਿ ਅਸੀਂ ਵੇਖੋ ਕਿੰਨੀ ਵੱਡੀ ਗੱਲ ਕਰ ਰਹੇ ਹਾਂ, ਅਤੇ ਉਹ ਵੀ ਉਸ ਵਕਤ ਜਦੋਂ ਜੂਨ ਮਹੀਨਾ ਜਿਹੜਾ ਅੱਗੇ ਆ ਰਿਹਾ ਇਲੈਕਸ਼ਨ ਦੇ ਦਿਨਾਂ 'ਤੇ। ਮੈਂ ਸਮੁੱਚੀ ਸਿੱਖ ਕੌਮ ਨੂੰ, ਪੰਜਾਬੀਆਂ ਨੂੰ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਭੁਗਤ ਭੋਗੀ ਨੇ ਜੂਨ 1984 ਦੇ, ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ, ਉਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਨੂੰ ਸਬਕ ਸਿਖਾਉਣ ਲਈ ਉਸੇ ਹੀ ਪੰਜੇ ਨਾਲ, ਜਿਹੜਾ ਤੁਹਾਡੇ ਕੋਲ ਪੰਜਾ ਪਰਮਾਤਮਾ ਨੇ ਤੁਹਾਨੂੰ ਅਸਲ ਦਿੱਤਾ ਹੋਇਆ, ਉਹਦੇ ਨਾਲ ਮਸ਼ੀਨ ਦਾ ਬਟਨ ਦਬਾ ਕੇ ਅਤੇ ਇਹਨਾਂ ਨੂੰ ਸਬਕ ਸਿਖਾਓ, ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਕਿਸੇ ਕੌਮ ਦੀਆਂ ਭਾਵਨਾਵਾਂ ਦੇ ਨਾਲ ਕਿਵੇਂ ਖਿਲਵਾੜ ਕੀਤਾ ਜਾਂਦਾ ਜੀ। ਪੀਰ ਮਾਮਾ ਜੀ, ਇੱਕ ਅਸੀਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਇੱਥੇ ਚੋਣ ਮੈਦਾਨ ਦੇ ਵਿੱਚ ਹੈ ਅਤੇ ਪਹਿਲੀ ਵਾਰੀ ਇੰਡੀਪੈਂਡੈਂਟਲੀ ਜਿਹੜਾ ਹੈਗਾ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਰਹੇ ਨੇ, ਅਤੇ ਜੇਕਰ ਚੰਡੀਗੜ੍ਹ ਦੇ ਮੁੱਦਿਆਂ ਨੂੰ ਦੇਖਿਆ ਜਾਵੇ ਤਾਂ ਭਰਮਾਰ ਆ ਮੁੱਦਿਆਂ ਦੀ, ਖਾਸ ਤੌਰ 'ਤੇ ਚੰਡੀਗੜ੍ਹ ਦਾ ਮੁੱਦਾ ਹੋ ਗਿਆ, ਰਾਜਧਾਨੀ ਆ ਪੰਜਾਬ ਦੀ, ਹਾਂਜੀ ਹਾਂਜੀ, ਰਾਜਧਾਨੀ ਨੂੰ ਲੈ ਜਾਣ ਦੀ ਮੰਗ ਹੈ, ਪੰਜਾਬੀ ਬੋਲਣ ਦੀ, ਪੂਰੇ ਜਿੰਨੇ ਦਫ਼ਤਰ ਨੇ ਉੱਥੇ ਪੰਜਾਬੀ ਜਿਹੜੀ ਹੈਗੀ ਲਾਗੂ ਕੀਤੀ ਜਾਵੇ, ਉਹ ਜਿਹੜੀ ਮੰਗ ਹੈ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਲੇਕਿਨ ਜਿਸ ਤਰੀਕੇ ਦੀਆਂ ਫਿਲਹਾਲ ਦੀ ਗੱਲ ਕਰ ਲਈਏ ਜਾਂ ਫਿਰ ਚੰਡੀਗੜ੍ਹ ਦੀ ਸੀਟ ਦੇ ਇਤਿਹਾਸ ਨੂੰ ਦੇਖ ਲਈਏ ਤਾਂ ਇੰਨੀ ਮਜ਼ਬੂਤ ਦਾਅਵੇਦਾਰੀ ਲੱਗਦੀ ਨਹੀਂ, ਇੰਨਾ ਲੱਗਦਾ ਨਹੀਂ ਆ ਕਿ, ਕਿਉਂਕਿ ਲੋਕਾਂ ਦੇ ਵਿੱਚ ਚਰਚਾ ਹੈ,
ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਉਸ ਲੈਵਲ ਤੱਕ ਵੋਟਾਂ ਨਹੀਂ ਪੈਣੀਆਂ ਜਿੰਨੀਆਂ ਕਿ ਟੰਡਨ ਨੂੰ ਜਾਂ ਮਨੀਸ਼ ਤਿਵਾੜੀ ਨੂੰ ਪੈ ਜਾਣ। ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਜਾਓਗੇ? ਦੋ ਤਿੰਨ ਗੱਲਾਂ ਨੇ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਨਾਲ ਮਿਲ ਕੇ ਇਲੈਕਸ਼ਨ ਲੜਦਾ ਰਿਹਾ ਜੀ, ਤੇ ਇਸ ਵਕਤ ਅਸੀਂ ਇਕੱਲੇ ਇਲੈਕਸ਼ਨ ਲੜ ਰਹੇ ਹਾਂ, ਪੂਰੇ ਪੰਜਾਬ ਦੇ ਵਿੱਚ ਲੜ ਰਹੇ ਹਾਂ, 13 ਸੀਟਾਂ ਪੰਜਾਬ ਦੀਆਂ, 14ਵੀਂ ਜਿਹੜੀ ਹੈ ਚੰਡੀਗੜ੍ਹ ਦੀ, ਉੱਥੇ ਇਲੈਕਸ਼ਨ ਲੜ ਰਹੇ ਹਾਂ। ਸੋ ਤੁਹਾਡੀ ਇਸ ਗੱਲ ਦੇ ਵਿੱਚ ਬਿਲਕੁਲ ਵਜ੍ਹਾ ਨੇ ਕਿ ਇੱਥੇ ਸਾਨੂੰ ਤਿਆਰੀ ਬਹੁਤ ਕਰਨੀ ਪਏਗੀ, ਇੱਥੇ ਸਾਨੂੰ ਮਿਹਨਤ ਜ਼ਿਆਦਾ ਕਰਨੀ ਪਏਗੀ, ਇੱਥੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਰਾਬਤਾ ਜਿਹੜਾ ਉਹ ਵਧਾਉਣਾ ਪਵੇਗਾ। ਸੋ ਉਸ ਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੇਰੀ ਡਿਊਟੀ ਲਾਈ ਹੈ, ਜਿਹੜੀ ਇਲੈਕਸ਼ਨ ਕੰਪੇਨ ਕਰਨ ਵਾਸਤੇ ਸਪੈਸ਼ਲ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਜਾਣਾ, ਤੁਸੀਂ ਜੋ ਤੁਹਾਨੂੰ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਐਜ ਏ ਸਪੋਕਸ ਪਰਸਨ ਤੁਸੀਂ ਉਹ ਨਿਭਾਓ, ਅਤੇ ਨਾਲ ਚੰਡੀਗੜ੍ਹ ਦੇ 56 ਸੈਕਟਰ ਅਤੇ ਜਿਹੜੇ 27-28-30 ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਕੰਪੇਨ ਕਰੋ, ਤਾਂ ਕਿ ਜਿਹੜਾ ਸਾਡਾ ਉਮੀਦਵਾਰ ਇੱਥੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ ਇੱਥੇ ਜਿੱਤ ਸਕੇ। ਸੋ ਸਾਡੇ ਸਾਹਮਣੇ ਬਹੁਤ ਵੱਡਾ ਹਰਦੀਪ ਸਵਾਲ ਹੈ, ਉਹ ਸਵਾਲ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਜਿਹੜੀ ਇੱਕ ਇੱਥੇ ਝੰਡਾ ਜਿਹੜਾ ਉਹ ਬੁਲੰਦ ਕਰਨਾ, ਕਿਉਂਕਿ ਇੱਥੋਂ ਦੀਆਂ ਜਿੰਨੀਆਂ ਵੀ ਸਭਾਵਾਂ ਨੇ, ਜਿਹੜੀਆਂ ਪੰਜਾਬੀ ਸਿਹਤ ਸਭਾ ਹੈ ਜਾਂ ਲਿਖਾਰੀ ਸਭਾ ਹੈ ਜਾਂ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ, ਅਸੀਂ ਜਿਹੜੀ ਸਿਵਲ ਸੁਸਾਇਟੀ ਹੈ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ, ਅਸੀਂ ਜਿਹੜੇ ਰਿਟਾਇਰਡ ਅਫੀਸਰ ਹੈ, ਤੁਹਾਨੂੰ ਪਤਾ ਹੈ ਕਿ ਇੱਥੇ ਆਰਮੀ ਅਫੀਸਰ ਬਹੁਤ ਨੇ ਅਲੱਗ ਅਲੱਗ ਸੇਨਾਵਾਂ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਦੇਸ਼ ਦੇ ਲਈ, ਉਹ ਇੱਥੇ ਬਹੁਤ ਸਾਰੇ ਨੇ, ਇੱਥੇ IPS IAS IRS ਅਤੇ ਅਲੱਗ ਅਲੱਗ ਡਿਪਾਰਟਮੈਂਟ ਨਾਲ ਸੰਬੰਧ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਇੱਥੇ ਬੈਠੇ, ਉਹਨਾਂ ਦੇ ਪਰਿਵਾਰ ਬੈਠੇ ਆ। ਸੋ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਅਤੇ ਉਹਨਾਂ ਨੂੰ ਇੱਕੋ ਗੱਲ ਕਹਿ ਰਹੇ ਹਾਂ ਕਿ ਇਹ ਜੇ ਅਸੀਂ ਇੱਥੇ ਵਾਕਿਆ ਪੰਜਾਬੀ ਦਾ ਦਾਅਵਾ ਕਰਦੇ ਹਾਂ ਜਾਂ ਅਸੀਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਤੁਹਾਡੀ ਇੱਕ ਇੱਕ ਵੋਟ ਪਾਉਣੀ ਤੁਹਾਡੀ ਬੜੀ ਸਾਡੇ ਲਈ ਜ਼ਰੂਰੀ ਹੈ। ਇੱਥੇ 6.5 ਲੱਖ ਵੋਟ ਹੈ ਅਤੇ ਅਸੀਂ ਇੱਥੇ ਮਹਿਸੂਸ ਕਰਦੇ ਹਾਂ ਕਿ ਉਸ ਦੇ ਵਿੱਚੋਂ ਘੱਟੋ ਘੱਟ 2.5 ਲੱਖ ਵੋਟ ਜਿਹੜੀ ਸਾਡੇ ਉਮੀਦਵਾਰ ਨੂੰ ਪਵੇ ਤਾਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਿੱਤ ਸਕੇ। ਸੋ ਉਹਦੇ ਲਈ ਪੂਰੀ ਇੱਕ ਰਣਨੀਤੀ ਬਣਾਈ ਗਈ ਹੈ, ਸਰਦਾਰ ਅਰਸ਼ਦੀਪ ਸਿੰਘ ਕਲੇਰ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਨੇ ਉਹ ਵੀ ਕੋਆਰਡੀਨੇਟਰ ਬਣਾਏ ਗਏ ਨੇ, ਫਿਰ ਜਿਹੜੇ ਸਾਡੇ ਕੈਂਡੀਡੇਟ ਨੇ ਹਰਦੀਪ ਸਿੰਘ ਸੈਣੀ ਉਹ ਇੱਥੋਂ ਇਲੈਕਸ਼ਨ ਲੜ ਰਹੇ ਨੇ। ਸੋ ਇੱਥੇ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਨੇ ਉਹ ਵੀ ਅੱਗੇ ਆ ਕੇ ਇਲੈਕਸ਼ਨ ਕੰਪੇਨ 'ਚ ਸਾਡਾ ਸਾਥ ਦੇ ਰਹੀਆਂ ਨੇ। ਫਿਰ ਸਾਡਾ ਯੂਥ ਹੈ, ਕਿਉਂਕਿ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਵਿੱਚ ਬਕਾਇਦਾ ਜਿਹੜੀ ਸਾਡੀ ਇੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯੂਨਿਟ ਨੇ, SOI ਦੇ ਯੂਨਿਟ ਨੇ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਯੂਨਿਟ ਨੇ, ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ। ਇੱਥੇ ਜਿੰਨੇ ਕੌਂਸਲਰ ਨੇ ਜਿਹੜੇ ਸਮੇਂ ਸਾਡਾ ਸਹਿਯੋਗ ਨਾਲ ਜਿੱਤਦੇ ਰਹੇ ਨੇ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ। ਫਿਰ ਇੱਥੇ ਕਾਂਗਰਸ ਤੋਂ BJP ਤੋਂ ਆਮ ਆਦਮੀ ਪਾਰਟੀ ਤੋਂ ਸਤਾਏ ਹੋਏ ਲੋਕ ਉਹ ਵੀ ਸਾਡੇ ਨਾਲ ਵੱਡੀ ਗਿਣਤੀ 'ਚ ਜੁੜ ਰਹੇ ਨੇ। ਸੋ ਅਸੀਂ ਆਪਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਅਸੀਂ ਆਪਣਾ ਇੱਕ ਅੱਛਾ ਜਿਹੜਾ ਪ੍ਰਦਰਸ਼ਨ ਕਰ ਸਕੀਏ ਜੀ। ਤਾਂ ਬਹੁਤ ਬਹੁਤ ਧੰਨਵਾਦ ਜੀ, ਇਹ ਸਨ ਕਰਨੈਲ ਸਿੰਘ ਪੀਰ ਮੁਹੰਮਦ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਲੀਅਰ ਕਰ ਦਿੱਤੀ ਹੈ ਪਿਕਚਰ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਲਈ ਚੰਡੀਗੜ੍ਹ ਦਿੱਲੀ ਦੂਰ ਵਾਲੀ ਗੱਲ ਨਹੀਂ ਆ, ਕਿਉਂਕਿ ਹਰਦੀਪ ਸਿੰਘ ਬਟਰੇਲਾ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਇੱਥੇ ਲਗਾਤਾਰ ਜਿਹੜਾ ਹੈਗਾ ਬਤੌਰ MC ਕੰਮ ਕਰ ਰਹੇ ਨੇ, ਅਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ, ਅਰਸ਼ਦੀਪ ਕਲੇਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ। ਦੇਖਣਾ ਇਹ ਹੋਵੇਗਾ ਕਿ ਹੁਣ ਹਰਦੀਪ ਸਿੰਘ ਬਟਰੇਲਾ ਇੱਥੋਂ ਚੰਡੀਗੜ੍ਹ ਦੇ ਉੱਤੋਂ ਕਿੰਨੀਆਂ ਕੁ ਵੋਟਾਂ ਲੈ ਕੇ ਜਾਂਦੇ ਨੇ ਔਰ ਕਿਸ ਤਰੀਕੇ ਦਾ ਜਿਹੜਾ ਹੈਗਾ ਇੱਥੇ ਮੁਕਾਬਲਾ ਰਹੇਗਾ। ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ, ਚੜ੍ਹਦੀ ਕਲਾ ਟਾਈਮ TV ਦੇ ਲਈ, ਚੰਡੀਗੜ੍ਹ।